ਲਈ ਤਾਂ ਜਿੱਥੇ ਤੇ ਅਟੈਕ ਨਹੀਂ ਹੋਇਆ ਇਹ ਬੜਾ ਕਲੀਅਰ ਹੈਗਾ। ਜਿਹੜੀ ਇੱਕ ਸਕੌਟ ਵਹੀਕਲ ਸੀ ਉਹਦੇ ਨਾਲ ਜਿਹੜੀ ਹੈਗੀ ਹੈ ਚਾਰ ਜਿਹੜੇ ਲੜਕੇ ਹੈਗੇ ਉਹਨਾਂ ਦਾ ਜਿਹੜਾ ਨਾਲ ਝਗੜਾ ਹੋਇਆ ਸੀ। ਇਸ ਸੰਬੰਧ ਦੇ ਵਿੱਚ ਅਸੀਂ 6 ਨੰਬਰ ਡਿਵੀਜ਼ਨ 'ਚ ਜਿਹੜਾ ਪਰਚਾ ਦਰਜ ਕਰ ਦਿੱਤਾ ਔਰ ਅਸੀਂ ਚਾਰੇ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਬਿਲਕੁਲ, ਜਿਸ ਤਰ੍ਹਾਂ ਕਿ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੱਡੀਆਂ ਟਕਰਾਈਆਂ ਸੀ ਜਾਂ ਕੋਈ ਹੋਰ ਮਾਮਲਾ ਸੀ? ਦੇਖੋ, ਜਦੋਂ ਉਹਨਾਂ ਦੇ ਓਵਰਟੇਕ ਕਰਨ 'ਤੇ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਜਿਹੜਾ ਪਹਿਲੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਐਸਟੈਬਲਿਸ਼ ਹੋਇਆ ਕਿ ਉੱਥੇ ਜਿਹੜਾ ਉਹਨਾਂ ਦਾ ਤਕਰਾਰ ਹੋਇਆ ਔਰ ਉਹਨਾਂ ਨੇ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੀ ਹੈਗੀ ਆ ਮੁਲਾਜ਼ਮਾਂ ਦੇ ਨਾਲ ਉਹ ਉਹਨਾਂ ਦੇ ਉਹਨਾਂ ਨੂੰ ਰੋਕਿਆ ਔਰ ਇਹਦੇ ਸੰਬੰਧ ਦੇ ਵਿੱਚ ਜਿਹੜਾ ਝਗੜਾ ਕੀਤਾ ਉਸ ਸੰਬੰਧ 'ਚ ਜਿਹੜੀ ਹੈਗੀ ਅਸੀਂ FIR ਜਿਹੜੀ ਦਰਜ ਕਰ ਦਿੱਤੀ ਔਰ ਜਿਹੜੇ ਮੁਲਜ਼ਮ ਹੈਗੇ ਆ ਉਹਨਾਂ ਦਾ ਅਸੀਂ ਮੈਡੀਕਲ ਵੀ ਕਰਾਇਆ ਜਿਹਨਾਂ ਨੇ ਡਰਿੰਕ ਵਗੈਰਾ ਕੀਤੀ ਹੋਈ ਸੀ। ਅਤੇ ਕੀ ਕਿੰਨੇ ਜਾਣੇ ਆ ਅਤੇ ਕਿੰਨੇ ਮਾਮਲਾ ਜਿਹੜਾ ਉਹਨਾਂ ਦਾ? ਇਹ 4 ਲੋਕਾਂ ਦਾ ਜਿਹੜਾ ਪਰਚਾ ਦਰਜ ਹੋਇਆ, ਜਿਹੜੀ 100 ਨੰਬਰ ਜਿਹੜੀ FIR ਅਸੀਂ ਜਿਹੜੀ ਦਰਜ ਕੀਤੀ ਹੈ 6 ਨੰਬਰ ਡਿਵੀਜ਼ਨ ਦੇ ਵਿੱਚ ਔਰ ਚਾਰੇ ਜਿਹੜੇ ਵਿਅਕਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ। ਕੀ ਨਾਮ ਹੈ ਉਹਨਾਂ ਦੇ? ਇੱਕ ਜਤਨ, ਰਿਸ਼ੂ, ਆਸ਼ੀਸ਼ ਅਤੇ ਨਕੁਲ। ਅਤੇ ਸਾਰੇ ਡਰਿੰਕ? ਅਲਟੀਮੇਟਲੀ ਅਸੀਂ ਉਹਨਾਂ ਦਾ ਮੈਡੀਕਲ ਕਰਵਾਇਆ ਹੈਗਾ। ਹਾਂਜੀ, ਜੇ ਆਪਾਂ ਗੱਲ ਕਰੀਏ, ਵਾਰ ਵਾਰ ਗੱਲ ਸਾਹਮਣੇ ਆ ਰਹੀ ਹੈ ਕਿ ਮੰਤਰੀ ਸਾਹਿਬ ਦੇ ਉੱਤੇ ਨਹੀਂ, ਇਸ ਤਰ੍ਹਾਂ ਦੀ ਮੈਂ ਬੜੀ ਕਲੀਅਰ ਦੱਸ ਦਵਾਂ ਕਿ ਮੰਤਰੀ ਜੀ ਉਹਦੇ ਵਿੱਚ ਨਹੀਂ ਸੀਗੇ। ਜਿਹੜੀ ਸਕੌਟ ਵਹੀਕਲ ਸੀ ਉਹਦੇ ਨਾਲ ਜਿਹੜਾ ਉਹਦੇ ਵਿੱਚ ਮੁਲਾਜ਼ਮ ਸੀ ਉਹਨਾਂ ਦੇ ਨਾਲ ਜਿਹੜਾ ਇਹ ਇੰਸੀਡੈਂਟ ਹੋਇਆ ਸੀ। ਅਤੇ ਮੰਤਰੀ ਜੀ ਨਾਲ ਕੋਈ ਗੱਲਬਾਤ ਨਹੀਂ? ਨਹੀਂ, ਉਹਨਾਂ ਦਾ ਕੋਈ ਹੈ ਹੀ ਨਹੀਂ ਉਹਦੇ ਵਿੱਚ, ਕੋਈ ਮੰਤਰੀ ਜੀ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ।